ਗੰਦੇ ਪਾਣੀ ਦੇ ਵਿੱਚ ਪੌਂਚੇ ਚੁੱਕ ਕੇ ਤੁਰਦੀ ਹੋਈ ਔਰਤ ਕਿਸੇ ਗਲੀ ਜਾਂ ਬਾਜ਼ਾਰ ਚੋਂ ਨਹੀਂ ਬਲਕਿ ਹੀ ਆਪਣੇ ਘਰ ਦੇ ਵਿੱਚ ਚੱਲ ਰਹੀ ਹੈ। ਰੱਬ ਨੇ ਸਾਨੂੰ ਇਹੋ ਜਿਹਾ ਟਾਈਮ ਇਹੋ ਜਿਹੇ ਦਿਨ ਦਿਖਾਏ ਹੋਏ ਨੇ, ਬਸ ਉਹੀ ਅਸੀਂ ਟਾਈਮ ਦੇਖ ਰਹੇ ਹਾਂ। ਪਾਲਿਆਂ ਵਾਲੀ ਛੱਤ ਵਾਲਾ ਇਹ ਦੋ ਕਮਰਿਆਂ ਦਾ ਘਰ ਹੈ ਜਿੱਥੇ ਲਗਾਤਾਰ ਪਏ ਮੀਂਹ ਤੋਂ ਬਾਅਦ ਛੱਪੜ ਲੱਗ ਗਿਆ। ਘਰ ਦੇ ਵਿੱਚ ਕਮਰਿਆਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ। ਜਿੱਥੇ ਪਰਿਵਾਰ ਸੌਂਦਾ ਹੈ ਉਹ ਵੀ ਪਾਣੀ ਨਾਲ ਭਰਿਆ ਹੋਇਆ ਹੈ। ਸਾਡੇ ਘਰੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ, ਬਹੁਤ ਪਾਣੀ ਆਉਂਦਾ ਹਰ ਵਕਤ, ਇਹੀ ਰਹਿੰਦਾ। ਜਦ ਵੀ ਬਾਰਿਸ਼ ਆਉਂਦੀ ਹੈ ਗੋਡੇ ਗੋਡੇ ਸਾਡੇ ਘਰੇ ਪਾਣੀ ਖੜ ਜਾਂਦਾ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਇਹ ਬਾਲਿਆਂ ਵਾਲੀ ਛੱਤ ਕਦੀ ਵੀ ਡਿੱਗ ਸਕਦੀ ਹੈ ਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਪਰਿਵਾਰ ਦੇ ਵਿੱਚ ਇੱਕ ਪਤੀ ਹੈ, ਪਤਨੀ ਹੈ, ਇੱਕ ਮੰਦਬੁੱਧੀ ਪੁੱਤ ਹੈ ਤੇ ਦੋ ਧੀਆਂ ਨੇ। ਪਤੀ ਵੀ ਦਿਹਾੜੀਦਾਰ ਸੀ ਜਿਸ ਦੇ ਹੱਥ ਸੜ ਗਏ ਤਾਂ ਹੁਣ ਉਹ ਮਜ਼ਦੂਰੀ ਵੀ ਨਹੀਂ ਕਰ ਪਾ ਰਿਹਾ ਹੈ ਅਤੇ ਪਤਨੀ ਇਕੱਲੀ ਹੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਇਸ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ। ਇਹ ਪਰਿਵਾਰ ਹੁਣ ਸਮਾਜ ਸੇਵੀਆਂ ਤੋਂ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ। ਤਸਵੀਰਾਂ ਖੰਨਾ ਦੇ ਪਿੰਡ ਚਕੋਹੀ ਦੀਆਂ ਨੇ ਜਿੱਥੇ ਇਸ ਗਰੀਬ ਪਰਿਵਾਰ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਲਗਾਤਾਰ ਪਏ ਮੀਂਹ ਤੋਂ ਬਾਅਦ ਘਰ ਦੇ ਹਾਲ ਦੇਖੋ, ਘਰ ਦੇ ਅੰਦਰ ਛੱਪੜ ਬਣ ਗਿਆ ਹੈ। ਜਿੱਥੇ ਪਰਿਵਾਰ ਮੰਜਾ ਡਾਹ ਕੇ ਸੌਂਦਾ ਆ ਤਾਂ ਉੱਥੇ ਵੀ ਪਾਣੀ ਭਰਿਆ ਹੋਇਆ ਤੇ ਪਾਣੀ ਵੀ ਗੰਦਾ ਹੈ ਜਿਸ ਦੇ ਵਿੱਚ ਬੈਠਣ ਲਈ ਮਜਬੂਰ ਨੇ ਤੇ ਬਿਮਾਰੀਆਂ ਲੱਗਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਪਤੀ ਜੋ ਕਿ ਦਿਹਾੜੀਦਾਰ ਸੀ ਤਾਂ ਕੰਮ ਕਰਦਿਆਂ ਹੀ ਉਸਦੇ ਹੱਥ ਸੜ ਗਏ ਜਿਸ ਕਰਕੇ ਹੁਣ ਉਹ ਕੰਮ ਨਹੀਂ ਕਰ ਪਾ ਰਿਹਾ ਤੇ ਪਤਨੀ ਇਕੱਲੀ ਹੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਇਸ ਘਰ ਦਾ ਗੁਜ਼ਾਰਾ ਕਰ ਰਹੀ ਹੈ। ਇੱਕ ਪੁੱਤ ਹੈ, ਉਹ ਵੀ ਮੰਦਬੁੱਧੀ ਹੈ ਤੇ ਦੋ ਧੀਆਂ ਨੇ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਜ਼ਰੂਰਤ ਹੈ ਕਿ ਕੋਈ ਮਦਦ ਦਾ ਹੱਥ ਉਹਨਾਂ ਵੱਲ ਵਧੇ। ਇਸ ਲਈ ਉਹਨਾਂ ਦੇ ਵੱਲੋਂ ਸਮਾਜ ਸੇਵੀਆਂ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ, ਸਰਕਾਰਾਂ ਤੋਂ ਮਦਦ ਮੰਗੀ ਜਾ ਰਹੀ ਹੈ, ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸਾਰ ਲਈ ਜਾਏ ਅਤੇ ਉਹਨਾਂ ਦੀ ਮਦਦ ਕੀਤੀ ਜਾਏ ਤਾਂ ਜੋ ਉਹ ਵੀ ਇੱਕ ਚੰਗੀ ਜ਼ਿੰਦਗੀ ਜੀ ਸਕਣ ਤੇ ਆਪਣੇ ਬੱਚਿਆਂ ਦਾ ਭਵਿੱਖ ਬਣਾ ਸਕਣ। ਰੱਬ ਨੇ ਸਾਨੂੰ ਇਹੋ ਜਿਹਾ ਟਾਈਮ ਇਹੋ ਜਿਹੇ ਦਿਨ ਦਿਖਾਏ ਹੋਏ ਨੇ, ਬਸ ਉਹੀ ਅਸੀਂ ਟਾਈਮ ਦੇਖ ਰਹੇ ਹਾਂ, ਭੁਗਤਦੇ ਪਏ ਹਾਂ ਅਸੀਂ। ਤੇ ਕੀ ਹੁਣ ਤੁਸੀਂ ਕੀ ਚਾਹੁੰਦੇ ਕਿਉਂ, ਕਿਉਂਕਿ ਘਰ ਦੇ ਤੁਹਾਡੇ ਹਾਲਾਤ ਉੱਪਰ ਛੱਤ ਵੀ ਤੁਹਾਡੀ ਆਪਾਂ ਦੇਖ ਰਹੇ ਹਾਂ, ਤੇ ਕੀ ਮੰਗ ਕੀ ਕਰਦੇ ਹੋ? ਅਸੀਂ ਇਹ ਕਹਿੰਦੇ ਹਾਂ ਕਿ ਜਿੰਨੀ ਹੋ ਸਕੇ ਸਾਡੀ ਬਸ ਮਦਦ ਕਰੋ। ਹਾਂਜੀ। ਤੇ ਹਰ ਵਾਰੀ ਤੁਹਾਡੇ ਇਹੀ ਹਾਲਾਤ ਰਹਿੰਦੇ ਨੇ ਜਦੋਂ ਮੀਂਹ ਪੈਂਦਾ? ਹਾਂਜੀ, ਹਰ ਵਾਰੀ ਵੀਰੇ ਇਹੀ ਹਾਲਾਤ ਰਹਿੰਦੇ ਨੇ ਸਾਡੇ। ਤੁਹਾਡੇ ਹਸਬੈਂਡ? ਹਾਂਜੀ, ਉਹ ਬਸ ਬਿਮਾਰ ਰਹਿੰਦੇ ਨੇ, ਉਹ ਕੰਮ ਨਹੀਂ ਕਰ ਸਕਦੇ। ਕਦੀ ਤੁਸੀਂ ਮਦਦ ਦੀ ਗੁਹਾਰ ਲਾਈ ਹੈ ਕਿਸੇ ਅੱਗੇ? ਸਾਰੇ ਪਾਸੇ ਲਾਤੀ ਜੀ, ਕੋਈ ਮਦਦ ਨਹੀਂ ਕਰਦਾ ਸਾਡੀ। ਕਹਿੰਦੇ ਜਦੋਂ ਗਰੀਬੀ ਆਉਂਦੀ ਹੈ ਤੇ ਸਭ ਹੱਥ ਖੜੇ ਕਰ ਦਿੰਦੇ ਨੇ। ਕੀ ਨਾਮ ਹੈ ਜੀ ਤੁਹਾਡਾ? ਇੰਦਰਜੀਤ। ਇੰਦਰਜੀਤ ਜੀ, ਤੁਹਾਡੇ ਘਰ ਦੇ ਹਾਲਾਤ ਦੇਖ ਰਹੇ ਹਾਂ ਤੇ ਕਿੰਨੀ ਕੁ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ, ਤੁਹਾਡੇ ਹੱਥਾਂ ਨੂੰ ਕੀ ਹੋਇਆ ਪਹਿਲੇ ਉਹਦੇ 'ਤੇ ਦੱਸ ਦਿਉ। ਮੈਂ ਹੀਟਰ ਚੱਲਦਾ ਸੀਗਾ ਜੀ, ਹੀਟਰ ਦੇ ਉੱਤੇ ਤੇਲ ਸੀਗਾ, ਉਹ ਕੜਾਹੀ ਚੱਕ ਕੇ ਬਾਹਰ ਸੁੱਟਣ ਲੱਗ ਗਿਆ ਜੀ, ਉਹ ਤੇਲ ਹੱਥਾਂ 'ਤੇ ਪੈ ਗਿਆ ਜੀ, ਬਸ ਜਦ ਤੋਂ ਜਾਂਦੀ ਕਾਫੀ ਚਿਰ ਤੋਂ ਇੱਕਣੇ ਨੇ ਜੀ, ਮੂੰਹ 'ਚ ਬੁਰਕਿਆ ਵੀ ਕਰਦੇ ਪਾਉਂਦੇ ਨੇ। ਅਤੇ ਪਹਿਲਾਂ ਕੀ ਕੰਮ ਕੀ ਕਰਦੇ ਸੀ? ਮੈਂ ਦਿਹਾੜੀ ਉਹ ਕਰਦਾ ਸੀਗਾ ਜੀ। ਅਤੇ ਹੁਣ ਜਿਵੇਂ ਪਾਣੀ ਅੰਦਰ ਆ ਗਿਆ ਘਰ ਦੇ, ਤਾਂ ਕਿੰਨੀ ਕੁ ਮੁਸੀਬਤ ਦਾ ਸਾਹਮਣਾ ਕਰਨਾ ਪਿਆ? ਬਹੁਤ ਔਖਾ ਜੀ, ਬਹੁਤ। ਕੀ ਮੰਗ ਕੀ ਕਰਦੇ ਹੋ ਤੁਸੀਂ? ਮੰਗ ਤਾਂ ਇਹੀ ਕਰਦੇ ਹਾਂ ਜੀ, ਸਾਡੀ ਮਦਦ ਕਰੋ। ਬੇਟੇ ਕੀ ਨਾਮ ਹੈ ਤੁਹਾਡਾ? ਨਵਦੀਪ ਕੌਰ।
ਨਵਦੀਪ ਬੇਟੇ, ਪਾਣੀ ਨਾਲ ਕਿੰਨੀ ਕੁ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਤੁਹਾਡੇ ਘਰੇ ਪਾਣੀ ਆ ਗਿਆ? ਸਾਡੇ ਘਰੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ, ਬਹੁਤ ਪਾਣੀ ਆਉਂਦਾ ਹਰ ਵਕਤ, ਇਹੀ ਰਹਿੰਦਾ। ਜਦ ਵੀ ਬਾਰਿਸ਼ ਆਉਂਦੀ ਆ, ਗੋਡੇ ਗੋਡੇ ਸਾਡੇ ਘਰੇ ਪਾਣੀ ਖੜ ਜਾਂਦਾ। ਪੜ੍ਹਨ ਲਿਖਣ 'ਚ ਮੁਸੀਬਤ, ਕੋਈ ਦਿੱਕਤ ਆਉਂਦੀ ਹੈ ਫਿਰ ਉਸ ਸਮੇਂ? ਹਾਂਜੀ, ਜਦ ਲਾਈਟ ਨਹੀਂ ਆਉਂਦੀ ਉਦੋਂ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਵਾ। ਲਾਈਟ ਕਦੀ ਆਉਂਦੀ ਆ, ਕਦੀ ਨਹੀਂ ਆਉਂਦੀ, ਕਦੀ ਤਾਂ ਸਾਰੀ ਸਾਰੀ ਰਾਤ ਲਾਈਟ ਨਹੀਂ ਆਉਂਦੀ ਹੈਗੀ ਇੱਥੇ। ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਪਲੱਸ ਟੂ 'ਚ। ਕੀ ਬਣਨਾ ਚਾਹੁੰਦੇ ਪੜ੍ਹ ਲਿਖ ਕੇ? ਮੈਂ ਪੜ੍ਹ ਲਿਖ ਕੇ ਡਾਕਟਰ ਬਣਨਾ ਚਾਹੁੰਦੀ ਹਾਂ।